ਕੁਰਾਲੀ ਦੇ ਸਪੋਕਸਮੈਨ ਅਖਬਾਰ ਦੇ ਪੱਤਰਕਾਰ ਸੁਖਵਿੰਦਰ ਸਿੰਘ ਸੁੱਖੀ ਦੀ ਟ੍ਰੇਨ ਹਾਦਸੇ ਵਿੱਚ ਮੌਤ ਹੋਣ ਕਾਰਨ ਇਲਾਕੇ ਦੇ ਪੱਤਰਕਾਰ ਭਾਈਚਾਰੇ ਦੇ ਵਿੱਚ ਇੱਕ ਸ਼ੋਕ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸੈਰ ਕਰਨ ਵੇਲੇ ਟ੍ਰੇਨ ਦੀ ਚਪੇਟ ਵਿੱਚ ਆਉਣ ਦੇ ਨਾਲ ਇਹ ਹਾਦਸਾ ਹੋਇਆ ਹੈ ਅਤੇ ਹਾਦਸੇ ਦੀ ਖਬਰ ਪਾ ਕੇ GRP ਦੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਜੀ ਮੈਨੂੰ ਕੁਛ ਨਹੀਂ ਪਤਾ, ਮੈਂ ਸਵੇਰੇ ਆਇਆ, ਰਾਤ ਦਾ ਘਰੋਂ ਗਿਆ ਸੀਗਾ, ਮੈਨੂੰ ਸਵੇਰੇ ਘਰ ਦੇ ਨਹੀਂ ਕਾਲ ਆਈ ਵੀ ਘਰੇ ਨਹੀਂ ਆਇਆ। ਮੈਂ ਸਵੇਰੇ ਪਹੁੰਚਿਆ ਪਟਿਆਲੇ ਤੋਂ ਇੱਥੇ ਅਤੇ ਮੈਨੂੰ ਹੁਣ ਸਵੇਰੇ ਪਤਾ ਲੱਗਿਆ। ਬਸ ਜੋ ਪੁਲਿਸ ਜਾਂਚ ਕਰੂਗੀ ਉੱਦਾਂ ਅਸੀਂ ਮੰਨਾਂਗੇ ਪੁਲਿਸ ਨੂੰ। ਅਸੀਂ ਚਾਹੁੰਦੇ ਹਾਂ ਜਾਂਚ ਹੋਵੇ ਵੀ ਕੀ ਹੋਇਆ ਕੀ ਨਹੀਂ ਹੋਇਆ। ਮੇਰਾ ਬ੍ਰਦਰ ਸਭ ਸਾਰੇ ਕੁਰਾਲੀ ਨੂੰ ਪਤਾ ਵੀ ਸਭ ਤੋਂ ਚੰਗਾ ਬੰਦਾ ਸੀਗਾ, ਬਹੁਤ ਚੰਗਾ ਬੰਦਾ ਸੀਗਾ, ਮੈਨੂੰ ਨਹੀਂ ਪਤਾ ਕੀ ਹੋਇਆ ਕੀ। ਮਾਰੀ ਸਿੱਧੀ ਟ੍ਰੇਨ ਨਾਲ ਜਿਹੜੀ ਬੋਡੀ ਆ, ਅਸੀਂ ਮੌਕੇ 'ਤੇ 3 ਵਜੇ ਪਹੁੰਚ ਗਏ ਸੀਗੇ ਅਤੇ ਅਸੀਂ ਆਪਣੇ ਕਬਜ਼ੇ 'ਚ ਲੈ ਲਈ ਹੋਈ ਆ। ਜਿਹੜੀ ਸਰਚ ਤੋਂ ਸਾਨੂੰ ਇੱਕ ਤਾਂ ਚਾਂਦੀ ਦਾ ਕੜਾ ਮਿਲਿਆ ਆ ਅਤੇ ਇੱਕ ਤਾਂ ਮੋਬਾਇਲ ਫੋਨ ਮਿਲਿਆ। ਮੋਬਾਇਲ ਫੋਨ 'ਤੇ ਜਿਹੜੇ ਇਹਨਾਂ ਦੇ ਵਾਰਸਾਂ ਦਾ ਕੰਟੈਕਟ ਹੋਇਆ, ਉਹਨਾਂ ਨੂੰ ਬੁਲਾ ਕੇ ਅਸੀਂ ਮੌਕੇ 'ਤੇ ਜਿਹੜਾ ਉਹ ਪਹੁੰਚ ਚੁੱਕੇ ਨੇ ਅਤੇ ਹੁਣ ਜਿਹੜੀ ਅਗਲੀ ਕਾਰਵਾਈ ਉਹਨਾਂ ਦੇ ਵਾਰਸਾਂ ਦੇ ਬਿਆਨ ਦੇ ਮੁਤਾਬਕ ਅਮਲ 'ਚ ਲੈ ਲਈ ਜਾਊ। ਸਰ ਕਿਹੜੀ ਤਰ੍ਹਾਂ ਦੇ ਦਿਨ ਪਰਚਾ ਹੋ ਰਿਹਾ? ਫਿਲਹਾਲ ਤਾਂ 174 ਦੇ ਤਹਿਤ ਕਾਰਵਾਈ ਕਰ ਰਹੇ ਹਾਂ, ਬਾਕੀ ਜੋ ਅੱਗੇ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ। ਕੁਰਾਲੀ ਤੋਂ ਡੈਵਿਡ ਵਰਮਾ ਦੀ ਰਿਪੋਰਟ, ਚੈਨਲ 2।